ਐਕਟਿਵਾ ਵਰਗੀ ਐਕਟਿਵਾ ਨਹੀਂ ਹੈ, ਇਹ ਹੈਗੀ ਹੈ ਜੀ ਬਰਡ ਐਂਬੂਲੈਂਸ। ਜਿਸ ਤਰ੍ਹਾਂ ਤੁਸੀਂ ਨੋਰਮਲ ਐਂਬੂਲੈਂਸਾਂ ਤਾਂ ਦੇਖਦੇ ਹੋ ਕਿ ਇਨਸਾਨਾਂ ਨੂੰ ਲੈ ਕੇ ਹਸਪਤਾਲਾਂ 'ਚ ਪਹੁੰਚਾਇਆ ਜਾਂਦਾ ਹੈ, ਲੇਕਿਨ ਇਹ ਐਂਬੂਲੈਂਸ ਹੈਗੀ ਹੈ ਜੀ ਪੰਛੀਆਂ ਦੀ ਐਂਬੂਲੈਂਸ, ਜਿਹਨੂੰ ਚਲਾਉਂਦੇ ਨੇ ਪ੍ਰਿੰਸ ਮਹਿਰਾ। ਉਹਨਾਂ ਦੇ ਨਾਲ ਮੈਂ ਤੁਹਾਨੂੰ ਅੱਜ ਖਾਸ ਤੌਰ 'ਤੇ ਰੂਬਰੂ ਕਰਵਾਉਂਗੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਮਨਪ੍ਰੀਤ ਖੁੱਲ੍ਹਰ 'ਤੇ, ਅਤੇ ਉਮੀਦ ਕਰਦੀ ਹਾਂ ਕਿ ਮੈਂ ਜੋ ਕੁਛ ਵੀ ਪੋਸਟ ਕਰਦੀ ਹਾਂ ਤੁਹਾਨੂੰ ਪਸੰਦ ਆਉਂਦਾ। ਸੋ ਇਹ ਜੋ ਅੱਜ ਮੈਂ ਪੋਸਟ ਕਰਨ ਜਾ ਰਹੀ ਹਾਂ, ਇਹ ਕਿਤੇ ਨਾ ਕਿਤੇ ਤੁਹਾਨੂੰ ਸਾਰਿਆਂ ਨੂੰ ਇੰਸਪਾਇਰ ਵੀ ਕਰੇਗਾ, ਅਤੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਜੇਕਰ ਕੋਈ ਪੰਛੀ ਹੈਗੇ ਨੇ, ਉਹਨਾਂ ਨੂੰ ਕੋਈ ਇਸ਼ੂ ਹੈ, ਕੋਈ ਦਿੱਕਤ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਪ੍ਰਿੰਸ ਜੀ ਦਾ ਬਹੁਤ ਬਹੁਤ ਸਵਾਗਤ ਹੈ। ਪ੍ਰਿੰਸ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਜੀ। ਸੋ ਮੈਂ ਜ਼ਰੂਰ ਵਿਸ਼ ਕਰੂੰਗੀ ਕਿ ਥੋੜ੍ਹਾ ਜਿਹਾ ਇਹਨਾਂ ਦੇ ਕਲੋਜ਼ ਆ ਜਾਏ, ਕਿਉਂਕਿ ਆਵਾਜ਼ ਦੀ ਸ਼ਾਇਦ ਕੋਈ ਦਿੱਕਤ ਨਾ ਰਹੇ। ਅਤੇ ਪ੍ਰਿੰਸ ਜੀ, ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਇਹ ਬਰਡਸ ਦੀ ਰੱਖਿਆ ਕਰਨ ਦਾ ਤੁਹਾਡੇ ਜ਼ਹਿਨ 'ਚ ਕਿਸ ਤਰ੍ਹਾਂ ਆਇਆ, ਕਿਉਂਕਿ ਅੱਜ ਕੱਲ੍ਹ ਇਨਸਾਨੀਅਤ ਦਾ ਅਸੀਂ ਜੇਕਰ ਜ਼ਿਕਰ ਕਰੀਏ ਤਾਂ ਬਹੁਤ ਘੱਟ ਲੋਕ ਇੱਕ ਦੂਜੇ ਦਾ ਸਾਥ ਦਿੰਦੇ ਨੇ। ਇਨਸਾਨ ਹੀ ਇਨਸਾਨ ਨੂੰ ਚੰਗਾ ਨਹੀਂ ਸਮਝਦਾ, ਪਰ ਤੁਸੀਂ ਫਿਰ ਵੀ ਇਨਸਾਨੀਅਤ ਹੋਣ ਦੇ ਨਾਤੇ ਪੰਛੀਆਂ ਨੂੰ ਵੀ ਓਨਾ ਹੀ ਜ਼ਿਆਦਾ ਦੇਖਭਾਲ ਕਰਦੇ ਹੋ ਪੰਛੀਆਂ ਨੂੰ। ਫਿਰ ਤੁਸੀਂ ਐਕਟਿਵਾ ਦਾ ਅਰੇਂਜ ਕੀਤਾ, ਜਿਸ ਤਰ੍ਹਾਂ ਤੁਸੀਂ ਬਿਹਾਈਂਡ ਦਾ ਕੈਮਰਾ ਦੱਸਿਆ ਕਿ ਪਹਿਲਾਂ ਸਾਈਕਲ ਸੀ ਫਿਰ ਐਕਟਿਵਾ ਸ਼ੁਰੂ ਕੀਤੀ, ਇਹ ਸਭ ਜ਼ਰੂਰ ਤੁਹਾਡਾ ਸਫ਼ਰ ਜਾਣਨਾ ਚਾਹੀਦਾ। ਦੇਖੋ ਜੀ, ਅਗਰ ਉੱਪਰ ਵਾਲੇ ਨੇ ਸਾਨੂੰ ਇੰਨੀ ਅੱਛੀ ਜੂਨ ਦਿੱਤੀ ਹੈ, ਤਾਂ ਉਸ ਅਸੀਂ ਆਪਣੀ ਇਸ ਜੂਨ ਦਾ ਕੁਛ ਨਾ ਕੁਛ ਤੋਂ ਫਾਇਦਾ ਸਾਨੂੰ ਚੱਕਣਾ ਚਾਹੀਦਾ ਹੈਗਾ। ਇਹ ਨਹੀਂ ਵੀ ਅਸੀਂ ਉਲਟੇ ਕੰਮ ਕਰੀਏ ਜਾਂ ਇਹੋ ਜਿਹੇ ਕੰਮ ਕਰੀਏ ਜੇ ਸਮਾਜ ਦੇ ਲਈ ਜਿਹੜੇ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਜੀ। ਇਸ ਕਰਕੇ ਮੈਂ ਆਪਣੀ ਐਨ ਜੀ ਓ ਦੇ ਯੂਥ ਸੱਤਾ ਦੇ ਨਾਲ ਆਰਮੀ ਚੈਂਪ ਕੈਂਪ 'ਚ ਗਿਆ ਸੀਗਾ। ਉੱਥੇ ਕੋਈ ਅਸੀਂ ਮਿਸਹੈਪਨਿੰਗ ਹੋ ਗਈ, ਕੋਈ ਕੰਮ ਵਾਲੀ ਸੀਗੀ, ਉਹ ਕਬੂਤਰ ਨੂੰ ਡਸਟਬਿਨ 'ਚ ਪਾ ਰਹੀ ਸੀਗੀ, ਤਾਂ ਮੈਂ ਉਹਨੂੰ ਕਿਹਾ ਵੀ ਇਹਨੂੰ ਕਿਆ ਹੋ ਗਿਆ, ਤਾਂ ਕਹਿ ਰਹੀ ਇਹਨੂੰ ਕਬੂਤਰ ਨੇ ਇਹਨੂੰ ਕਰੰਟ ਲੱਗਿਆ, ਤਾਂ ਕਹਿ ਰਹੀ ਪਤਾ ਨਹੀਂ ਕਿਆ ਹੋ ਗਿਆ, ਸੁਬਹ ਵੀ ਅੱਜ ਸੁਬਹ ਵੀ ਕਰੰਟ ਲੱਗਿਆ। ਮੈਂ ਕਿਹਾ ਵੋ ਕਹਾਂ ਹੈ, ਕਹਿ ਰਹੀ ਮੈਂ ਇਸੀ ਡਸਟਬਿਨ ਮੈਂ ਡਾਲਾ, ਤਾਂ ਮੈਂ ਉਸਕੇ ਹੱਥ ਸੇ ਲਿਆ ਔਰ ਉਸਕੇ ਜੋ ਡਸਟਬਿਨ ਮੈਂ ਥਾ ਉਸਕੋ ਲਿਆ ਔਰ ਦੋਨੋਂ ਕੋ ਉਠਾ ਲਿਆ। ਫਿਰ ਮੈਂ ਸੋਚਦਾ ਰਹਾ, ਜਾਂ ਮੈਂ ਖਾਣਾ ਖਾਣੇ ਜਾ ਰਿਹਾ ਥਾ ਮੈਸ ਮੈਂ, ਤੋ ਮੈਂ ਸੋਚਦਾ ਰਹਾ ਵੀ ਜੈਸੇ ਇਹਨਾਂ ਨੇ ਡਸਟਬਿਨ ਮੈਂ ਡਾਲ ਦਿਆ, ਇਹ ਕੂੜਾ ਅੱਗੇ ਜਾ ਕੇ ਬੜੇ ਡਸਟਬਿਨ ਮੈਂ ਚਲ ਜਾਏਗਾ, ਉਸਸੇ ਅੱਗੇ ਡੰਪਿੰਗ ਮੈਂ ਚਲ ਜਾਏਗਾ, ਜੋ ਇਸਕੀ ਬਦਬੂ ਹੈ 2 ਦਿਨ ਬਾਅਦ 3 ਦਿਨ ਬਾਅਦ ਇਸਮੇ ਸੇ ਬਦਬੂ ਆਉਣੀ ਸ਼ੁਰੂ ਹੋ ਜੀ, ਸੜ ਜਾਏਗਾ। ਮੈਂ ਕਿਹਾ ਇਸਮੇ ਬਦਬੂ ਆਏਗੀ ਜੋ ਪਰਿਆਵਰਣ ਮੈਂ ਫੈਲ ਕਰ ਪਰਿਆਵਰਣ ਕੋ ਨੁਕਸਾਨ ਪਹੁੰਚਾਏਗੀ ਔਰ ਹਵਾ ਕੇ ਜ਼ਰੀਏ ਹਮਾਰੀ ਸਾਂਸ ਕੇ ਅੰਦਰ ਜਾਏਗੀ, ਉਹ ਬਿਮਾਰੀ ਪੈ। ਮੈਂ ਕਿਹਾ ਨਹੀਂ, ਇਸ ਕਾ ਕੁਛ ਨਾ ਕੁਛ ਕਰਨਾ ਚਾਹੀਏ। ਮੈਂ ਵਹੀ ਮੈਸੇਜ ਸੇ ਜਾ ਕੇ ਖੁਰਚਨਾ ਲਿਆ, ਵਹਾਂ ਸੇ ਖੱਡਾ ਕਰਕੇ ਮੈਂ ਉਨਕੋ ਦਬਾ ਦਿਆ, ਤਾਂ ਕਿ ਮਿੱਟੀ ਮੈਂ, ਤਾਂ ਕਿ ਜੋ ਉਸਕੀ ਬਦਬੂ ਹੈ ਹਵਾ ਮੈਂ ਨਾ ਫੈਲ ਸਕੇ। ਫਿਰ 4 ਦਿਨ ਬਾਅਦ ਜਬ ਮੈਂ ਆਪਣੇ ਘਰ ਆਇਆ, ਵਾਪਸ ਆਇਆ, ਤਾਂ ਮੈਂ ਫਿਰ ਸੋਚਾ ਵੀ ਇਨਕੇ ਲਈ ਮੈਂ ਕੁਛ ਨਾ ਕੁਛ ਕਰੂੰ। ਮੈਂ ਇਸ਼ਤਿਹਾਰ ਛਪਵਾ ਕਰ ਲੋਕੋ ਕੋ ਬਾਂਟਨੇ ਸ਼ੁਰੂ ਕੀਏ, ਤਾਂ ਕਿ ਲੋਕੋ ਕੋ ਪਤਾ ਲਗੇ ਵੀ ਮੈਂ ਕਿਆ ਕਰਨਾ ਚਾਹਤਾ ਹੂੰ ਜੀ। ਫਿਰ ਲੋਕੋ ਨੇ ਆਹਿਸਤਾ ਆਹਿਸਤਾ ਫੋਨ ਕਰਨੇ ਸ਼ੁਰੂ ਕਰ ਦੀਏ, ਉਸਕੇ ਬਾਅਦ ਅਖਬਾਰੋਂ ਮੈਂ ਮੇਰਾ ਆਉਣੇ ਲੱਗਾ, ਅਖਬਾਰ ਵਾਲੋ ਕੋ ਜੈਸੇ ਪਤਾ ਲਗਾ, ਤਾਂ ਉਹਨਾਂ ਨੇ ਦੇਖ ਲਿਆ। ਫਿਰ ਜੈਸੇ ਆਪਕੇ ਚੈਨਲ ਕੇ ਥਰੂ, ਅਲੱਗ ਅਲੱਗ ਚੈਨਲੋਂ ਕੇ ਥਰੂ ਮੇਰਾ ਟੀ ਵੀ ਵਗੈਰਾ ਮੈਂ ਆਉਣੇ ਲੱਗਿਆ, ਤਾਂ ਲੋਕ ਮੁਝੇ ਪਹਿਚਾਣਨੇ ਲਗੇ ਆਪਕੀ ਬਦੌਲਤ ਜੀ ਜੀ। ਸੋ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦਿੰਦੀ ਹਾਂ ਕਿ ਇਹ ਬਾਕਸ ਤੁਸੀਂ ਮੇਰੇ ਸਾਹਮਣੇ ਜਿਹੜਾ ਦੇਖ ਰਹੇ ਹੋ, ਇਹਦੇ ਵਿੱਚ ਪੰਛੀਆਂ ਨੂੰ ਚੱਕ ਕੇ ਲਿਜਾ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ। ਤਾਂ ਹੁਣੇ ਹੁਣੇ ਇੱਕ ਪੰਛੀ ਆਇਆ, ਯਾਨੀ ਕਿ ਕਬੂਤਰ ਜਿਹੜਾ ਪੈਰਾਲਾਈਜ਼ ਹੋਇਆ ਇਹਨੂੰ, ਕਬੂਤਰ ਨੂੰ, ਇਹਦੇ ਇਲਾਜ ਲਈ ਹੁਣ ਇਹਨੂੰ ਲੈ ਕੇ ਜਾਣਗੇ ਪ੍ਰਿੰਸ ਜੀ। ਅਤੇ ਸਾਫ਼ ਸਾਫ਼ ਜੀ ਜਿਹੜੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਰੂਹਾਂ ਜਿਹੜੀਆਂ ਨੇ ਧਰਤੀ 'ਤੇ ਬਹੁਤ ਘੱਟ ਨੇ, ਪਰ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਦਿਲੋਂ ਕੰਮ ਕਰਦੀਆਂ ਨੇ। ਅਤੇ ਚੰਡੀਗੜ੍ਹ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਚੰਡੀਗੜ੍ਹ ਦੇ ਸਾਰੇ ਪੰਛੀਆਂ ਦਾ ਇਲਾਜ ਕਰਵਾਇਆ ਜਾਂਦਾ। ਸੋ ਇਹ ਜਿਹੜੀ ਤੁਸੀਂ ਸਾਈਕਲ ਦੇਖ ਰਹੇ ਹੋ, ਇਹ ਕੋਈ ਆਮ ਸਾਈਕਲ ਨਹੀਂ ਹੈ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਇਹ ਐਕਟਿਵਾ ਯਾਨੀ ਕਿ ਐਂਬੂਲੈਂਸ ਹੈ, ਅਤੇ ਸਾਈਕਲ ਵੀ ਕੋਈ ਆਮ ਸਾਈਕਲ ਨਹੀਂ ਹੈ। ਇੱਥੇ ਇਹਨਾਂ ਨੇ ਬੜੇ ਕੋਟਸ ਲਿਖੇ ਹੋਏ ਨੇ, ਸੇਵ ਬਰਡ, ਸੇਵ ਇਨਵਾਇਰਮੈਂਟ। ਇਸ ਤੋਂ ਇਲਾਵਾ ਇਹਨਾਂ ਦੇ ਆਪਾਂ ਰਿਕਾਰਡਸ ਦਾ ਵੀ ਜ਼ਿਕਰ ਕਰਾਂਗੇ, ਪਰ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਸਾਈਕਲ ਆ, ਇਹਨਾਂ ਦੀ ਸਾਈਕਲ ਦੇ ਹਰ ਇੱਕ ਪਾਸੇ ਕੁਛ ਨਾ ਕੁਛ ਅਜਿਹਾ ਲਿਖਿਆ। ਜਦੋਂ ਵੀ ਸਾਈਕਲ ਚਲਾਉਂਦੇ ਨੇ, ਕੋਈ ਵੀ ਕਿਸੇ ਦੀ ਜਿੱਧਰੋਂ ਵੀ ਨਜ਼ਰ ਪਏਗੀ, ਕੁਛ ਨਾ ਕੁਛ ਪੋਜ਼ਿਟਿਵ ਹੀ ਤੁਹਾਨੂੰ ਨਜ਼ਰ ਆਵੇਗਾ। ਸੋ ਇਹ ਜਿਹੜੀ ਕ੍ਰੀਏਟੀਵਿਟੀ ਹੈ, ਇਹਦੇ ਬਾਰੇ ਜ਼ਰੂਰ ਜਾਣੂਗੀ। ਨਹੀਂ, ਇਹ ਦੇਖੋ ਜੀ, ਮੈਂ ਇਸ ਕਰਕੇ ਲਿਆਉਂਗੀ ਕਿ ਮੇਰੀ ਸਾਈਕਲ ਟ੍ਰੈਂਡੀ ਬਾਈਕ ਹੈ ਜੀ, ਡਬਲ ਸੀਟ ਵਾਲੀ ਹੈ। ਲੋਕ ਇਹਨੂੰ ਜ਼ਿਆਦਾ ਦੇਖਦੇ ਆ ਵੀ ਪਤਾ ਨਹੀਂ ਇਹ ਕਿਹੜੀ ਸਾਈਕਲ ਹੈਗੀ, ਉਹਦੇ ਨਾਲ ਫਿਰ ਖੜ ਕੇ ਦੇਖਣ ਲੱਗ ਜਾਂਦੇ ਵੀ ਇਹ ਕਿਆ ਲਿਖਿਆ ਹੋਇਆ। ਫਿਰ ਅਗਰ ਮੈਂ ਸੋਚਦਾ ਵੀ ਅਗਰ ਜਿੱਦਾਂ ਮਤਲਬ ਕਿ ਜਿਹੜੇ ਮੇਰੇ ਸਲੋਗਨ ਲਿਖੇ ਹੋਏ ਆ, ਅਗਰ 10 ਬੰਦਿਆਂ 'ਚੋਂ 2 ਬੰਦੇ ਵੀ ਇਸਦੇ ਉੱਪਰ ਅਮਲ ਕਰ ਲੈਂਦੇ, ਤਾਂ ਮੇਰੇ ਇਹਦੇ ਜੋ ਆਪਣੇ ਪੈਸੇ ਖਰਚ ਕੀਤੇ ਹੋਏ ਮੇਰੇ ਪੂਰੇ ਹੋ ਜਾਣੇ ਜੀ ਜੀ ਜੀ। ਅਤੇ ਕਿੰਨੇ ਪੰਛੀਆਂ ਦਾ ਅੱਜ ਤੱਕ ਇਲਾਜ ਕਰਵਾ ਚੁੱਕੇ ਹੋ ਤੁਸੀਂ, ਅਤੇ ਕਿੰਨੇ ਪੰਛੀਆਂ ਨੂੰ ਆਪਣੇ ਘਰਾਂ ਵਿੱਚ ਰੱਖਿਆ ਹੋਇਆ ਤੁਸੀਂ? ਮੈਂ ਹੁਣ ਤੱਕ 2011 ਤੋਂ ਮੈਂ 1100-1256 ਦੇ ਕਰੀਬ ਮੈਂ ਇਹਨਾਂ ਦਾ ਸੰਸਕਾਰ ਕਰ ਚੁੱਕਾ ਜੀ, ਔਰ 1150 ਦੇ ਕਰੀਬ ਮੈਂ ਇਹਨਾਂ ਦਾ ਇਲਾਜ ਕਰਕੇ, ਛੋਟੀ ਮੋਟੀ ਚੋਟ ਹੈ ਜਿਹੜੀ, ਇਲਾਜ ਕਰਕੇ ਮੈਂ ਉਹਨਾਂ ਨੂੰ ਆਜ਼ਾਦ ਕਰ ਚੁੱਕਾ, ਚਾਹੇ ਹੋਸਪਿਟਲ ਤੋਂ ਚਾਹੇ ਇੱਥੋਂ ਦੀ। ਬਾਕੀ ਮੇਰੇ 2011 ਤੋਂ ਮੇਰੇ ਕੋਲ 47 ਦੇ ਕਰੀਬ ਮੇਰੇ ਕੋਲ ਵਰਲਡ ਰਿਕਾਰਡ ਹੈਗੇ ਜੀ, 7 ਨੈਸ਼ਨਲ ਰਿਕਾਰਡਸ ਹੈ ਮੇਰੇ ਪਾਸ,
14 इंटरनेशनल कोर्स हैं और नाम मेरा रजिस्टर्ड है 82 बुकों के बीच और लिम्का बुक रिकॉर्ड होल्डर हूँ सर। 175 के करीब अवार्ड हैं और स्टेट अवार्ड चंडीगढ़ एडमिनिस्ट्रेशन पर ही पब्लिक डेट मैंने मिला है। सो बहुत वड्डा उपराला है जिहड़ा प्रिंस जी दे वल्लों कीता जांदा। प्रिंस जी परमात्मा तुहानूं बहुत लंबी लंबी उम्र बख्शे क्योंकि तुसीं बेजुबाना दी आवाज़ बने हो चंडीगढ़ दे विच। तुहाडे करके जी मेरा मिशन है जो जगह जगह पहुँच रहा है जी। मैं सोचदा वी मैं तां चंडीगढ़ च कर ही रहा है अगर मेरे नाल जिद्दां मैं कर रहा अगर दूजा बंदा भी करेगा तो मैनूं बड़ी खुशी होएगी भी मेरे तो भी बंदे ने मेरे तो देख के मैनूं अपने अपनी अपनी जिंदगी बदल ली है जी। जी सो जिस तरह तुसी देखिया कि बेजुबाना दी आवाज़ बनते हैं प्रिंस मेहरा हर एक पंछी का इलाज करवाते हैं अपने घर च रख के अपने परसनल खर्चे तो इन्होंने जोड़े पहला पोस्टर्स बंडे लोगों तक पहुँचाया कि जेकर किसी पंछी की कोई भी दिक्कत है या किसी पंछी को घर के प्रॉब्लम आ रही है ठीक नहीं है या पैरालाइज है या फिर कुछ भी एक्स वाई जेड प्रॉब्लम है उन्होंने प्रॉब्लम हल करते हैं। सो इस तरह दूखों मैं लगता कि होर भी उपर चकन की बहुत जरूरत है जी। बाकी जेडे मैं जिदा हूँ संस्कार जिन्हें अब तक किए हैं मैं हर साल उन्हां दी शांति वास्ते जिदा अपने रिश्तेदार या फैमिली मैंबर दे किसी दा आपां मरण तो बाद आपां पाठ कराईदा खंड पाठ कराईदा या हवन करवाईदा पूजा कराईदी है तो मैं भी इन्हां नूं अपने परिवार दा एक हिस्सा समझदा तो मैं भी इन्हां दी आत्मा दी शांति वास्ते तां कि इन्हां दी आत्मा शांति क्योंकि आत्मा इन्हां च भी आत्मा हैगी जिदा साडे च आत्मा उदां ही उन्हां च आत्मा है तो मैं उन्हां दी आत्मा दी शांति वास्ते मैं पंडित बुला के प्रोपर तौर पर इन्हां दा मैं मतलब कि पूजा पाठ करवाऊंगा हवन करवाऊंगा। सो उम्मीद करते हैं कि तुहानू इह जिहड़ा अज दा मेरा व्लॉग आ मेरी अज दी स्टोरी आ बहुत ज़्यादा पसंद आएगी। मैं पूरी पूरी कोशिश करूँगी कि तुहाडे तक इस तरह दी रूहां दे नाल राबता करवाया जाए। हुण मैनू यानी कि मनप्रीत खुल्लर नू दे इजाजत ते देसी डोज़ दे विच फिलहाल इन्ना ही। हुण मैं जानी हाँ, सत श्री अकाल।